ਗੱਡੀ ਇੱਥੇ ਡਰਾਈਵਰ ਗੱਡੀ ਵਿੱਚ ਬੈਠਾ ਗਿਆ ਸੀਗਾ ਇੱਥੇ ਖਲੋਤੀ ਦੀ ਗੱਡੀ ਵਰਨਾ ਦੋ ਮੁੰਡੇ ਆਏ ਇੱਕ ਹਿੰਦੂ ਸੀਗਾ ਇੱਕ ਸਰਦਾਰ ਸੀਗਾ ਉਹਨਾਂ ਨੇ ਆ ਕੇ ਰਸਤਾ ਪੁੱਛਿਆ ਤੇ ਇਹਨੇ ਕਿਹਾ ਮੈਨੂੰ ਪਤਾ ਨਹੀਂ ਹੈ ਉਹਨਾਂ ਨੇ ਸਪਰੇ ਇਹਦੀਆਂ ਅੱਖਾਂ 'ਚ ਮਾਰਿਆ ਅਤੇ ਗੱਡੀ 'ਚ ਇਹਨੂੰ ਧੱਕਾ ਦੇ ਕੇ ਅਤੇ ਇਹ ਗੱਡੀ ਸਟਾਰਟ ਕਰਕੇ ਲੈ ਗਏ ਇਹਨੇ ਥੱਲੇ ਪਕੜ ਕੇ ਇੱਕ ਵੱਟਾ ਸੀਗਾ ਉਹ ਵੀ ਮਾਰਿਆ ਉਹਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਪੁਲਿਸ ਕੋਈ ਐਕਸ਼ਨ ਲੈ ਲਿਆ ਪਰ ਇਸ ਵੇਲੇ ਤੱਕ ਚਾਹੁੰਦੇ ਕਿ ਇਸ ਵੇਲੇ ਤੱਕ ਗੱਡੀ ਫੜੀ ਜਾ ਸਕਦੀ ਇਹ ਲੱਗਦਾ ਕਿ ਰੋਡ ਦੇ ਉੱਪਰ ਲੱਗੀ ਸੀ ਇੱਦਾਂ ਦੇ ਮਾਮਲਾ ਜਿਹੜਾ ਸਾਹਮਣੇ ਜਿਹੜਾ ਵਾ ਇਸ ਤੋਂ ਪ੍ਰਾਈਮ ਲੋਕੇਸ਼ਨ ਹੋਰ ਕੀ ਹੋ ਸਕਦੀ ਹੈ ਜੀ ਮਾਮਲਾ ਇਹ ਹੈ ਕਿ ਇਸ ਜਗ੍ਹਾ 'ਤੇ ਲੱਗੀ ਦੀ ਹੈ ਸਾਰਾ ਵਗਦਾ ਉਹਨੇ ਕੱਪ ਵੀ ਬੜੀ ਪਾਈ ਪਰ ਕੋਈ ਆਉਂਦਾ ਜੋ ਕੋਈ ਵੀ ਨਹੀਂ ਹੈ ਬੜੇ ਆਰਾਮ ਨਾਲ ਉਹ ਲੈ ਕੇ ਗਏ ਉਹਨਾਂ ਨੂੰ ਖੜਨ ਲੱਗਿਆ ਕੋਈ ਕਾਹਲੀ ਨਹੀਂ ਲੱਗਦਾ ਕਿ ਪੁਲਿਸ ਦਾ ਕੋਈ ਖੌਫ ਨਹੀਂ ਉਹਨਾਂ ਨੂੰ ਨਾ ਕੋਈ ਖੌਫ ਨਹੀਂ ਇਹ ਜਿਹੜੀ ਜਗ੍ਹਾ 'ਤੇ ਤੁਸੀਂ ਖੜ੍ਹੇ ਹੋ ਟ੍ਰੇਲਰ ਮਾਲ ਦੇ ਨਾਲ ਇਹ ਖਾਲੀ ਜਗ੍ਹਾ ਹੈਗੀ ਹੈ ਇੱਥੇ ਗੱਡੀ ਪਾਰਕ ਸੀਗੀ ਇਹਦਾ ਡਰਾਈਵਰ ਸੀ ਬਲਵੀਰ ਜਿਹੜਾ ਹੈਗਾ ਉਹ ਨਾਲ ਖੜ੍ਹਾ ਸੀਗਾ ਉਹ ਅੱਜ ਖਾਲੀ ਜਗ੍ਹਾ ਵੱਲੋਂ ਦੋ ਜਣੇ ਹੈਗੇ ਆ ਜਿਨ੍ਹਾਂ ਨੇ ਮਾਸਕ ਪਾਏ ਸੀਗੇ ਉਹ ਆਏ ਹੈਗੇ ਆ ਹੈਲਦੀ ਵੈਲਦੀ ਸੀਗੇ ਇਹਨਾਂ ਕੋਲ ਰਾਹ ਪੁੱਛਿਆ ਉਹ ਗੱਲਾਂ ਬਾਤਾਂ ਕਰਦੇ ਕਰਦੇ ਉਹਨਾਂ ਨੇ ਇੱਕ ਨੇ ਸਪਰੇਅ ਕੱਢ ਕੇ ਉਹਦੀਆਂ ਅੱਖਾਂ ਦੇ ਸਪਰੇਅ ਮਾਰੀ ਅਤੇ ਉਹਦੀ ਗੱਡੀ ਸਟਾਰਟ ਕਰਕੇ ਜਦੋਂ ਮੋੜਨ ਲੱਗਾ ਤਾਂ ਇਹਨੇ ਡਰਾਈਵਰ ਨੇ ਉਹਦੇ ਫਰੰਟ ਸ਼ੀਸ਼ੇ ਦੇ ਉੱਤੇ ਵੱਟਾ ਵੀ ਮਾਰਿਆ ਜਿਹਨਾਂ ਉਹ ਸ਼ੀਸ਼ਾ ਕਰਿਆ ਯੈਸ ਸਪਰੇਅ ਸਪਰੇਅ ਸੀ ਹੁਣ ਲੱਗੇ ਹੋਏ ਆ ਸਾਰੇ ਸੀਸੀਟੀਵੀ ਕੈਮਰੇ ਦੇ ਉੱਤੇ ਹੋਰ ਲੱਗੇ ਹੋਏ ਸਾਰੇ ਫੋਰਸ ਲੱਗੇ ਹੋਏ ਦੇਖੋ ਇਹ ਉਹ ਇੱਦਾਂ ਦੀ ਜਗ੍ਹਾ ਉਹਨਾਂ ਨੇ ਚੂਜ਼ ਕੀਤੀ ਹੈ ਵੀ ਜਿਹੜੀ ਬਿਲਕੁਲ ਹੀ ਖਾਲੀ ਹੈਗੀ ਹੈ ਜਿਹੜੀ ਜਗ੍ਹਾ ਉਹਨਾਂ ਨੇ ਚੂਜ਼ ਕੀਤੀ ਹੈਗੀ ਹੈ ਉਹਨਾਂ ਦਾ ਹਰ ਵੇਲੇ ਜਿਹੜਾ ਮੋਡਸ ਪਰੈਂਡੀ ਇਹੀ ਹੈ ਵੀ ਮੈਂ ਕਿਤੋਂ ਨਾ ਕਿਤੋਂ ਜਿਹੜੀ ਹੈ ਥੈਫਟ ਕਰਨੀ ਹੈ ਚੋਰ ਦਾ ਕੰਮ ਹੈ ਚੋਰੀ ਕਰਨਾ ਸਾਡਾ ਕੰਮ ਹੈ ਲੱਭਣਾ ਹੁਣ ਉਹ ਇੰਸੀਡੈਂਟ ਹੋ ਗਿਆ ਸੀ ਉਹਨੂੰ ਲੱਭਾਂਗੇ।